ਇਹਦਾ ਇੱਕੋ ਇੱਕ ਹੱਲ ਮੈਂ ਤਾਂ ਕਹਾਂਗਾ ਜੀ, ਕਾਮਨ ਸਕੂਲ ਸਿੱਖਿਆ ਸਕੂਲ ਸਿਸਟਮ ਹੈ, ਜਨਤਕ ਸਕੂਲ ਸਿੱਖਿਆ ਪ੍ਰਣਾਲੀ, ਜਦੋਂ ਇੱਕ ਕਨਸੈਪਟ ਇੱਕ ਹੋਊਗਾ, ਇੱਕ ਤਰ੍ਹਾਂ ਦਾ ਸਿਸਟਮ ਹੋਜੂਗਾ, ਫਿਰ ਸਾਰੀਆਂ ਸਮੱਸਿਆਵਾਂ ਆਪਣੇ ਆਪ ਹੱਲ ਹੋ ਜਾਣਗੀਆਂ। ਜਦੋਂ ਸਾਰਿਆਂ ਦੇ IAS ਦਾ ਬੱਚਾ ਵੀ ਇੱਕੋ ਸਕੂਲ 'ਚ ਹੋਊਗਾ ਤੇ ਤੁਸੀਂ ਗੱਲ ਕਾਨਸੈਪਟ ਦਿੱਤੀ ਨਾ, ਇਹ ਵੈਸਟਰਨ ਵਰਲਡ ਦਾ ਕਾਨਸੈਪਟ ਹੈ ਜਿਹਨੂੰ ਨੇਬਰਹੁੱਡ ਕੈਂਪਸ ਦੇ ਤੌਰ ਤੇ ਕਹਿੰਦੇ, ਪਰ ਪ੍ਰੋਬਲਮ ਇਹ ਹੈ ਕਿ ਹੁਣ ਉੱਥੇ ਵੀ ਟੁੱਟ ਗਿਆ ਕੁਝ ਗੱਲਾਂ ਜਿਹੜੀਆਂ ਬਣੀਆਂ ਨੇ, ਜਿਵੇਂ ਕਟਾਰੀਆ ਸਾਹਿਬ ਵੀ ਕਹਿੰਦੇ ਨੇ ਜਿਹੜੇ ਹੁਣ ਕਾਲਜ ਖੋਲ੍ਹੇ, ਲੇਕਿਨ ਇਹਦਾ ਢੰਗ ਇੱਕੋ ਹੀ ਹੈ। ਇਹਦਾ ਢੰਗ ਹੈ ਕਿ ਜਿਹੜਾ ਰੈਗੂਲੇਟਰੀ ਸਿਸਟਮ ਹੈ, ਜਿਹੜੀ ਇਹਨਾਂ ਨੂੰ ਗੱਲ, ਰੈਗੂਲੇਟਰੀ ਸਿਸਟਮ ਇੰਨਾ ਸਖਤ ਬਣਿਆ, ਉਹ ਰੈਗੂਲੇਟਰੀ ਸਿਸਟਮ ਜਿਹੜੀਆਂ ਤਨਖਾਹਾਂ ਦੇਣ 'ਚ ਅਤੇ ਜਾਂ ਸਰਵਿਸ ਕੰਡੀਸ਼ਨ ਬਣਾਉਣ ਤੱਕ ਟੀਚਰਾਂ ਦਾ ਨਹੀਂ ਹੈ। ਰੈਗੂਲੇਟਰੀ ਸਿਸਟਮ ਹੋਵੇ ਉਹਦੀ ਐਕਡੈਮਿਕ ਇੰਪਰੂਵਮੈਂਟ ਲਈ, ਐਕਡੈਮਿਕ ਜਿਹੜੀਆਂ ਨੇ ਫਾਲਟਸ ਨੇ ਉਹਨੂੰ ਆਈਡੈਂਟੀਫਾਈ ਕਰਨ ਲਈ, ਔਰ ਉਹਦੇ 'ਚ ਇਨਸੈਂਟਿਵ ਔਰ ਪਨਿਸ਼ਮੈਂਟ ਦੋਨੋਂ ਚੀਜ਼ਾਂ ਜੀ ਸ਼ਾਮਿਲ ਹੋਣਗੀਆਂ। ਇਹ ਗੱਲ ਮੰਨ ਕੇ ਚੱਲੀਏ, ਅਸੀਂ ਕਹਿ ਰਹੇ ਜੀ ਪ੍ਰਾਈਵੇਟ ਐਜੂਕੇਸ਼ਨ 'ਚ ਜੀ ਬੜਾ ਕਮਰਸ਼ੀਅਲ ਹੋ ਗਿਆ, ਲੇਕਿਨ ਮੈਂ ਅਧਿਆਪਕ, ਸਾਰੀ ਉਮਰ ਅਧਿਆਪਕ ਰਿਹਾ, ਅਧਿਆਪਕ ਵੀ ਆਪਣੀ ਜ਼ਿੰਮੇਵਾਰੀ ਤੋਂ ਦੂਰ ਭੱਜ ਰਹੇ ਹਨ। ਤੁਸੀਂ ਯੂਨੀਅਨ ਵਾਲੇ ਹੋ, ਜਿਸ ਵੇਲੇ ਅਧਿਆਪਕ, ਜਿਸ ਵੇਲੇ ਯੂਨੀਅਨ, ਅਜੇ ਤੱਕ ਐਜੂਕੇਸ਼ਨ ਪਾਲਿਸੀ ਕਿਸੇ ਯੂਨੀਅਨ ਨੇ ਕਦੀ ਨਹੀਂ ਮੰਗੀ, ਹਮੇਸ਼ਾ ਇਹ ਮੰਗੀ ਹੈ ਕਿ ਸਾਡੇ ਗ੍ਰੇਡ ਪੂਰੇ ਕਰ ਦਿਓ, ਟ੍ਰਾਂਸਫਰ ਪਾਲਿਸੀ ਬਣਾ ਦਿਓ। ਗੱਲ ਬਣੀ ਜਿਹੜੀ ਅਸਲੀ ਸਮੱਸਿਆ ਹੈ, ਜਿਹੜੀ ਗੱਲ ਤੁਸੀਂ ਪਹਿਲਾਂ ਕਹੀ ਹੈ ਕਿ ਸਾਡੇ ਆਪਣੇ ਬੱਚੇ ਉਹਨਾਂ ਸਕੂਲਾਂ 'ਚ ਨਹੀਂ ਪੜ੍ਹਦੇ, ਕਿਸੇ ਵੀ ਸਾਡੇ ਆਪਣੇ ਬੱਚੇ ਉਹਨਾਂ ਸਕੂਲਾਂ 'ਚ ਨਹੀਂ ਪੜ੍ਹਦੇ, ਅਸੀਂ ਉਹਨਾਂ ਸਕੂਲਾਂ ਬਾਰੇ ਕੋਈ ਬਹੁਤੇ ਸੰਜੀਦਾ ਨਹੀਂ, ਕਿਉਂਕਿ ਸਾਨੂੰ ਪਤਾ ਨੀਤੀਆਂ ਬਣਾਉਣ ਵਾਲੇ ਲੋਕ ਹੈ, ਇਸ ਕਰਕੇ ਨੀਤੀਆਂ ਬਣਾਉਣ ਵਾਲੇ ਤੁਸੀਂ ਜਾਂ ਮੈਂ ਨਹੀਂ, ਨੀਤੀਆਂ ਵਰਲਡ ਬੈਂਕ ਤੋਂ ਚੱਲ ਕੇ ਸੈਂਟਰ ਤੋਂ ਹੋ ਕੇ ਪੰਜਾਬ ਤੱਕ ਪਹੁੰਚਦੀਆਂ, ਪਰੰਤੂ ਜਿਹੜੇ ਅਸੀਂ ਲੋਕ ਸਿਸਟਮ ਇੱਥੇ ਸੈੱਟ ਕਰਨ ਵਾਲੇ ਲੋਕ ਬੈਠੇ ਹਾਂ, ਵੀ ਆਰ ਨੋਟ ਸਿੰਸੀਅਰ ਫੋਰ ਦੈਟ, ਗਵਰਨਮੈਂਟ ਸ਼ੱਕ ਕੀਤਾ ਜਾਂਦਾ। ਹਾਂਜੀ, ਮੈਂ ਇਹਦੇ 'ਚ ਇੱਕ ਗੱਲ ਸਰ ਨੂੰ ਜ਼ਰੂਰ ਅਪਡੇਟ ਕਰਨਾ ਚਾਹਾਂਗਾ। ਮੈਂ ਪਿਛਲੇ ਸਾਲ ਇੱਕ ਗਿੱਦੜਬਾ ਤਹਿਸੀਲ ਦਾ ਮੁਕਤਸਰ ਦੇ ਨੇੜੇ ਸਕੂਲ ਵਿਜ਼ਿਟ ਕੀਤਾ, ਮੇਰਾ ਕਜ਼ਨ ਉੱਥੇ ਟੀਚਰ ਸੀ, ਔਰ ਮੈਂ ਦੇਖਿਆ ਕਿ ਉੱਥੇ ਸਾਰੇ ਟੀਚਰਾਂ ਨੇ ਮਿਲ ਕੇ ਜਿਹੜੇ ਗਰੀਬ ਬੱਚੇ ਨੇ ਕਿਤਾਬਾਂ ਨਹੀਂ ਲੈ ਸਕਦੇ, ਆਪਦੇ ਕੱਪੜੇ ਲੈ ਸਕਦੇ, ਉਹ ਕੰਟਰੀਬਿਊਟ ਕਰਕੇ ਉਹ ਟੀਚਰ ਉਹਨਾਂ ਨੂੰ ਪੜ੍ਹਾ ਰਹੇ ਨੇ। ਸਾਰਾ ਸਕੂਲ ਤੁਸੀਂ ਦੇਖੋ, ਯੂ ਵਿਲ ਨੋਟ ਫੀਲ ਇਟ ਕਿ ਗਵਰਨਮੈਂਟ ਸਕੂਲ, ਤੁਸੀਂ ਉਹਨੂੰ ਕਹੋਗੇ ਤਾਂ 5-star ਸਕੂਲ ਹੈ, ਔਰ ਉੱਥੇ ਲਾਇਬ੍ਰੇਰੀ ਦੇ ਵਿੱਚ ਬੁੱਕਸ, ਕੰਪਿਊਟਰ ਦੇ ਵਿੱਚ, ਮਤਲਬ ਸਟਾਫ ਇਜ਼ ਕੰਟਰੀਬਿਊਟਿੰਗ ਫਾਰ ਦਾ ਸਟੂਡੈਂਟਸ। ਇਹ ਪਰਸੈਪਸ਼ਨ ਜਿਹੜੀ ਗਲਤ ਹੈ, ਹਰ ਥਾਂ ਤੇ ਸਾਰੀਆਂ ਬਰਾਬਰ ਹੁੰਦੀਆਂ। ਟੀਚਰਾਂ ਨੇ ਖੁਦ ਕੰਟਰੀਬਿਊਟ ਕੀਤਾ, ਪੰਜਾਬ 'ਚ ਕਿੰਨੇ ਸਕੂਲ ਨੇ ਮੈਨੂੰ ਪਤਾ ਹੈ ਕਿ ਡਰਾਫਟ ਬਣ ਰਿਹਾ ਕੁਛ, ਇਹਦੇ ਚ ਵੀ ਹੋਏ ਕਿਸੇ ਸਕੂਲ ਦਾ ਰਿਜ਼ਲਟ ਅੱਛਾ ਆਉਂਦਾ ਜਾਂ ਕੋਈ ਟੀਚਰ ਆਵੇ। ਤੁਹਾਨੂੰ ਪਹਿਲਾਂ ਕਿਹਾ ਕਿ ਜਿਹੜਾ ਚੰਗਾ ਕਰਦਾ ਉਹਨੂੰ ਇਨਸੈਂਟਿਵ ਦੇਣਾ ਚਾਹੀਦਾ, ਜਿਹੜਾ ਨਹੀਂ ਕਰਦਾ ਉਹਦੇ ਪਿਨਿਟਿਵ ਹੋਣਾ ਚਾਹੀਦਾ, ਇਹ ਗੱਲ ਕਹੀ ਹੁਣ ਉਲਟਾ ਕੰਮ ਸ਼ੁਰੂ ਹੋ ਗਿਆ। ਪੰਜਾਬ 'ਚ ਇਸ ਟਾਈਮ 100 ਦੇ ਕਰੀਬ ਇੰਜੀਨੀਅਰਿੰਗ ਕਾਲਜ ਹੈ, 35,000 ਦੇ ਕਰੀਬ ਸੀਟਸ ਆ, ਔਰ 15,000 ਤੋਂ ਜ਼ਿਆਦਾ ਸੀਟਸ ਇਸ ਟਾਈਮ ਜਿਹੜੀ ਹੈ, 10-15,000 ਸੀਟ ਖਾਲੀ ਪਈ ਹੈ, ਵਿਚ ਮੀਨਸ ਅ ਲਾਸ ਆਫ ਅਰਾਊਂਡ 200 ਕਰੋੜ ਰੁਪਏ। ਉਹਦੇ ਵਿੱਚ ਸਟੂਡੈਂਟਸ ਬਾਹਰਲੀਆਂ ਸਟੇਟਸ ਤੋਂ ਆਉਂਦੇ ਨੇ ਕਿ ਆਪਣੇ ਸਟੂਡੈਂਟਸ ਦੀ ਜਿਹੜੀ ਮੈਕਸਿਮਮ ਬਾਹਰਲੀਆਂ ਸਟੇਟਸ ਨੂੰ ਫੀਡ ਕਰਨਾ ਬੰਦ ਕਰਤਾ, ਕਿਉਂਕਿ AICTE ਵਿੱਚ ਬਿਲਕੁਲ ਸਰ ਨੇ ਸਹੀ ਕਿਹਾ ਕਿ ਕਰਪਸ਼ਨ ਬਹੁਤ ਜ਼ਿਆਦਾ ਸੀ 2 ਸਾਲ ਪਹਿਲਾਂ। ਹਾਂਜੀ, ਉਹ ਸਾਰੇ ਵਿਕਟਿਮ ਆ ਉਸ ਕਰਪਸ਼ਨ ਦਾ, ਕੋਈ ਖੁਸ਼ੀ ਨਾਲ ਨਹੀਂ ਦਿੰਦਾ। ਸੈਕਿੰਡ ਥਿੰਗ, ਹੁਣ ਜਿਹੜੇ ਸਿਸਟਮ ਬੜੇ ਅੱਛੇ ਬਣ ਗਏ ਨੇ, SS ਮੰਤਾ ਨੇ ਜਦੋਂ ਤੋਂ ਜੁਆਇਨ ਕੀਤਾ ਹੁਣ ਬੜਾ ਅੱਛਾ ਢੰਗ ਨਾਲ ਹੋ ਰਿਹਾ, ਪਰ ਫਿਰ ਵੀ ਇੰਸਟੀਟਿਊਸ਼ਨ ਇੰਨੇ ਜ਼ਿਆਦਾ ਖੁੱਲ ਚੁੱਕੇ ਨੇ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਕਿ ਕੋਈ BEd ਅੱਜ ਦੀ ਡੇਟ 'ਚ ਪਹਿਲੀ ਵਾਰੀ ਪੰਜਾਬ ਦੇ ਇਤਿਹਾਸ 'ਚ ਇੱਦਾਂ ਹੋਇਆ ਕਿ BEd ਦੀਆਂ ਸੀਟਾਂ ਖਾਲੀ ਪਈਆਂ। ਇਟ ਮੀਨਸ ਦੂਜੀਆਂ ਸਟੇਟਸ ਵੀ ਆਪਦਾ ਸ਼ੇਅਰ ਜਿਹੜਾ ਲੈ ਗਏ, ਜਦਕਿ ਪਹਿਲਾਂ ਪੰਜਾਬ ਉਹਨਾਂ ਦਾ ਸ਼ੇਅਰ ਲੈਂਦਾ ਸੀਗਾ।
ਔਰ ਜਿਹੜੀ ਸਟੇਟ ਦਾ ਇਹਦੇ 'ਚ ਕੋਈ ਜਿਹੜਾ ਰੋਲ ਸੀਗਾ ਉਹ ਸਟੇਟ ਪਲੇ ਨਹੀਂ ਕਰ ਰਹੀ। ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਕਿ ਨਰਸਿੰਗ ਕਾਲਜ ਲਈ ਪਰੰਪਰਾਗਤ ਹਾਇਰ ਐਜੂਕੇਸ਼ਨ ਕਹਿੰਦੇ ਹਾਂ ਜਿਨ੍ਹਾਂ 'ਚ ਸਟੇਟ ਯੂਨੀਵਰਸਿਟੀ ਔਰ ਪੁਰਾਣੇ ਕਾਲਜ ਚੱਲਦੇ ਨੇ ਉਹਨਾਂ ਨਾਲ ਡੀਲ ਕੀਤਾ ਕਿਉਂਕਿ ਇਹ ਸਾਡੇ ਪ੍ਰੀਵਿਊ 'ਚ ਹੈ ਹੀ ਨਹੀਂ ਸੀ ਇਸ ਕਰਕੇ ਇਹਦੇ ਬਾਰੇ ਅਸੀਂ ਗੱਲ ਨਹੀਂ ਕੀਤੀ। ਇਹਦੇ ਗੱਲ ਵੱਖਰੀ ਕੀਤੀ ਜਾ ਸਕਦੀ ਹੈ ਪਰ ਛੋਟੀ ਜਿਹੀ ਤੁਹਾਨੂੰ ਐਗਜ਼ਾਮਪਲ ਦਿੰਦਾ ਕਿ ਪੰਜਾਬ ਸਰਕਾਰ ਦਾ ਇੱਕ ਮਹਿਕਮਾ ਹੈ DRME ਡਾਇਰੈਕਟਰ ਰਿਸਰਚ ਐਂਡ ਮੈਡੀਕਲ ਐਜੂਕੇਸ਼ਨ, ਉਹ ਸਟੇਟ ਗਵਰਨਮੈਂਟ ਵੱਲੋਂ NOC ਇਸ਼ੂ ਕਰ ਦਿੰਦਾ ਕਿ ਤੁਸੀਂ ਨਰਸਿੰਗ ਕਾਲਜ ਖੋਲੋ। ਦੂਜੇ ਪਾਸੇ ਨਰਸਿੰਗ ਕਾਲਜ ਨੂੰ ਚਲਾਉਣ ਦੇ ਲਈ ਇੰਡੀਅਨ ਨਰਸਿੰਗ ਕੌਂਸਲ ਸੈਂਟਰ ਦਾ ਜਿਹੜਾ ਇੱਕ ਮਹਿਕਮਾ ਹੈ ਉਹਨੂੰ ਹਾਸਪਿਟਲ ਦੀ ਅਟੈਚਮੈਂਟ ਚਾਹੀਦੀ ਹੈ ਜਿਹੜਾ ਕਿ ਆਸ ਪਾਸ ਦਾ ਸਰਕਾਰੀ ਹਾਸਪਿਟਲ ਦਿੰਦਾ। DHS ਨੇ ਇੱਕ ਐਸੀ ਮਤਲਬ ਅਨਡਿਕਲੇਅਰ ਪਾਲਿਸੀ ਬਣਾਤੀ ਕਿ ਅਸੀਂ ਅਟੈਚਮੈਂਟ ਦੇਣੀ ਨਹੀਂ। ਹੁਣ ਤੁਸੀਂ ਇੱਕ ਸਟੇਟ ਦੇ ਵਿੱਚ ਤੁਹਾਡੇ ਹੀ ਦੋ ਡਿਪਾਰਟਮੈਂਟ ਆ, ਤੁਸੀਂ ਦੋ ਡਿਫਰੈਂਟ ਪਾਲਿਸੀਜ਼ ਚੱਲ ਰਹੇ ਹੋ। ਇੱਕ ਤੁਹਾਡਾ ਮਹਿਕਮਾ ਕਹਿ ਰਿਹਾ ਕਿ ਯੈਸ ਵੀ ਆਰ ਗਿਵਿੰਗ ਯੂ ਦਾ ਅਪਰੂਵਲ, ਇੱਕ ਮਹਿਕਮਾ ਕਹਿ ਰਿਹਾ ਕਿ ਨਹੀਂ ਜੀ ਅਸੀਂ ਅਪਰੂਵਲ ਦਿੰਦੇ ਨਹੀਂ। ਔਰ ਸੈਂਟਰ ਗਵਰਨਮੈਂਟ ਕੀ ਕਰੇਗੀ ਉਹਦੇ ਲਈ? ਸਟੇਟ ਪੰਜਾਬ ਕੋਈ ਹੈ ਸਪੈਸ਼ਲ ਸਟੇਟ ਨਹੀਂ ਹੈ ਔਰ ਕਾਲਜ ਬਰਥ ਲੈਂਦਾ। ਆਪਾਂ ਜਿੱਦਾਂ ਕਹਿੰਦੇ ਕਿ ਵੀ ਕਾਲਜ ਇੱਕ ਡਿਪਾਰਟਮੈਂਟ ਨੇ ਯੈਸ ਕਰਤੀ, ਬੰਦੇ ਨੇ ਜ਼ਮੀਨ ਵੀ ਲੈ ਲਈ, ਬੰਦੇ ਨੇ ਬਿਲਡਿੰਗ ਲਾ ਲਈ, ਔਰ ਦੂਜਾ ਡਿਪਾਰਟਮੈਂਟ ਕਹਿੰਦਾ ਕਿ ਵੀ ਵਿਲ ਨਾਟ ਗਿਵ ਦਾ ਅਟੈਚਮੈਂਟ। ਰਾਈਟ ਗੁਰਪ੍ਰੀਤ ਜੀ, ਹਾਂਜੀ ਇਹੀ ਆਪਾਂ ਜੇ ਟੀਚਿੰਗ ਜਾ ਕੇ ਥੱਲੇ ਸਕੂਲਾਂ ਜਾ ਕੇ ਗੱਲ ਦੇਖੀਏ, ਇੱਕ ਪਾਸੇ ਦਾ ਪਿੱਛੇ ਮੈਡਮ ਉਪਿੰਦਰ ਜੀ ਕੌਰ ਦੇ ਟਾਈਮ ਵੀ ਸ਼ੁਰੂ ਹੋਇਆ ਸੀ ਕਿ ਜੋ ਜੰਮੂ ਤੋਂ ਆਉਂਦੇ ਆ ਟੀਚਰ ETD ਕਰਕੇ ਦੈਟ ਕੁਆਲਿਟੀਜ਼ ਵੈਰੀ ਪੂਰ, ਉਹ ਮਾਨਤਾ ਕਿਹਨੇ ਦਿੱਤੀ? ਇੱਕ ਪਾਸੇ ਉਹਨੂੰ ਅਸੀਂ ਕਹਿ ਵੀ ਰਹੇ ਹਾਂ ਪੂਰ, ਉਹ ਮਾਨਤਾ ਸਾਡੀ ਪੰਜਾਬ ਗਵਰਨਮੈਂਟ ਦਿੰਦੇ, ਕਿਉਂ ਨਹੀਂ ਅਸੀਂ ਉਹ ਨੋਟੀਫਿਕੇਸ਼ਨ ਰੱਦ ਕਰ ਦਿੰਦੇ ਕਿ ਇਫ ਵੀ ਹੈਵ ਟੂ ਫੇਰ ਆਰਟੀ ਸੇਵ ਦੇ ਵਿੱਚ ਨੌਕਰੀ ਨਹੀਂ ਲੱਗਦਾ। ਜਦੋਂ ਮਤਲਬ ਉਹਨਾਂ ਨੇ ਕੀ ਗੱਲ ਕੀਤੀ ਯਾਦ ਕੀ ਆਰਟੀ ਦੇ ਐਕਟ ਦੇ ਕਿ ਐਂਟਰੈਂਸ ਟੈਸਟ ਐਲੀਜੀਬਿਲਟੀ ਜਿਹੜੀ ਆ ਹੋਏਗੀ, ਤੇ ਮੇਰੇ ਗੱਲ ਸੁਣੋ, ਟੀਚਰ ਟੀਚਰ ਯੂਨੀਅਨ ਨੇ ਔਰ ਹਰ ਮਤਲਬ ਜਿਹੜੀ ਆ ਪ੍ਰਾਈਵੇਟ ਸਕੂਲ ਵਾਲਿਆਂ ਨੇ ਉਹਨੂੰ ਅਪੋਜ਼ ਕਿਉਂ ਕੀਤਾ? ਟੀਚਰ ਐਲੀਜੀਬਿਲਟੀ ਸਾਰੇ ਕਾਲਜਾਂ ਦੇ ਵਿੱਚ ਪਹਿਲਾਂ ਉਹਨਾਂ ਨੂੰ ਗੱਲ ਸੁਣੋ, ਸੇ ਕਾਲਜਾਂ ਦਾ ਫਿਰ ਤੁਸੀਂ ਐਲੀਜੀਬਿਲਟੀ ਟੈਸਟ ਕਰਦੇ ਹੋ ਜਾਂ ਯੂਨੀਵਰਸਿਟੀ 'ਚ ਟੀਚਰ ਰੱਖਣੇ ਆ, ਉਹਨੂੰ ਨੈਸ਼ਨਲ ਐਲੀਜੀਬਿਲਟੀ ਟੈਸਟ ਜਾਂ ਸਟੇਟ ਲੈਵਲ ਐਲੀਜੀਬਿਲਟੀ ਟੈਸਟ ਜਿਹੜਾ ਉਹਨੂੰ ਪਾਸ ਕਰਨਾ ਪੈਂਦਾ। ਜੇਕਰ ਉਹ ਸਕੂਲਾਂ 'ਚ ਐਕਸਟੈਂਡ ਹੋਇਆ ਹੈ ਤਾਂ ਜਿੰਨਾ ਰਬਾਬ ਵੇਲਾ ਪਾਇਆ ਉਹ ਕਿਉਂ ਪਾਇਆ? ਮੈਂ ਤੁਹਾਨੂੰ ਟੋਕਣਾ ਚਾਹਾਂਗੀ ਹੀਰਾ ਜੀ, ਇੱਕ ਮਿੰਟ, ਸੀ ਵਾਸੀ ਏਬਲ ਟੂ ਫੁਲਫਿਲ ਦਾ ਆਲ ਕਰਪਸ਼ਨ, ਮੈਨੂੰ ਤਾਂ ਜ਼ਿਆਦਾ ਹੀ ਮਹਿਸੂਸ ਹੋਗੀ। ਆਪਾਂ ਵਾਪਸ ਮੁਰਦੀ ਕਹਿ ਰਹੇ ਕਿ 400 ਡੀਪੀਏ ਹੋਏ, 400 ਟੀਚਰ ਹੋਏ। ਜੀ ਸਕਟਰੀਆ, ਮੈਂ ਮਾਫੀ ਚਾਹਾਂਗੀ, ਮੇਰੇ ਕੋਲ ਟਾਈਮ ਘੱਟ ਹੈ, ਬਟ ਆਪਾਂ ਇਸ ਪਾਲਿਸੀ ਤੇ ਵਾਪਸ ਆਈਏ, ਆਪਾਂ ਦੇ ਟਰੈਕ ਤੋਂ ਪਟਕੀਏ ਨਾ। ਡਾਕਟਰ ਸਿੰਘ, ਤੁਸੀਂ ਯੂਨੀਵਰਸਿਟੀਜ਼ ਦੇ ਸਿਲੇਬਸ ਦੇ ਵਿੱਚ ਯੂਨੀਫਾਰਮਿਟੀ ਦੀ ਗੱਲ ਕੀਤੀ ਹੈ ਨਾ, ਯੂਨੀਵਰਸਿਟੀ ਆਟੋਨਮਸ ਹੁੰਦੀਆਂ ਨੇ, ਆਈ ਮੀਨ ਇਹ ਕਿਵੇਂ ਸੰਭਵ ਹੋ ਸਕਦਾ? ਦੇਖੋ ਇਹਦੇ 'ਚ ਇਸ ਤਰ੍ਹਾਂ ਹੁੰਦਾ, ਆਲਰੇਡੀ ਪੰਜਾਬ ਦੇ ਵਿੱਚ ਕਾਫੀ ਹੱਦ ਤੱਕ ਹੋ ਚੁੱਕੀ ਹੋਈ ਹੈ, ਪਹਿਲੀ ਗੱਲ ਤੇ ਹੈ। ਉਹਦੇ 'ਚ ਇਹ ਹੈ ਕਿ ਤਿੰਨਾਂ ਯੂਨੀਵਰਸਿਟੀਜ਼ ਦੇ, ਹਾਂਜੀ ਪੰਜਾਬ ਪੰਜਾਬੀ ਗੁਰੂ ਨਾਨਕ, ਤਿੰਨਾਂ ਯੂਨੀਵਰਸਿਟੀਜ਼ ਦੇ ਇੱਕ ਫਾਰਮੈਟ ਬਣ ਗਿਆ ਸੀ ਕਿ ਇਹਨਾਂ ਨੇ ਰਿਪ੍ਰੈਜ਼ੈਂਟੇਟਿਵ ਪ੍ਰਾਈਵੇਟ ਯੂਨੀਵਰਸਿਟੀਜ਼ ਨੂੰ ਫਿਰ ਸੈਪਰੇਟ ਰੱਖੋਗੇ ਇਸ ਨਾਲੋਂ? ਪਹਿਲੀ ਗੱਲ ਹੈ ਕਿ ਪ੍ਰਾਈਵੇਟ ਯੂਨੀਵਰਸਿਟੀ ਅਜੇ ਤੱਕ ਕੋਈ ਨਹੀਂ ਆਈ ਜਿਹੜੀ ਟ੍ਰੈਡੀਸ਼ਨਲ ਐਜੂਕੇਸ਼ਨ ਦੇ ਵਿੱਚ ਜਾਂ ਜਿਹੜੀ ਹੈ ਪਰਸਨੈਲਿਟੀ ਡਿਵੈਲਪਮੈਂਟ ਜਾਂ ਦੂਜਾ ਜਿਹੜਾ ਜਾਂ ਹਿਊਮਨ ਐਜੂਕੇਸ਼ਨ ਦੂਜੇ 'ਚ ਉਹਦਾ ਕੰਸਰਨ ਹੋਵੇ, ਉਹਨਾਂ ਦਾ ਕੰਮ ਐਜੂਕੇਸ਼ਨ ਨਾਲ, ਕਿਉਂਕਿ ਸਾਡੇ ਪ੍ਰਵਿਊ 'ਚ ਹੈ ਹੀ ਨਹੀਂ ਸੀ ਟੈਕਨੀਕਲ ਐਜੂਕੇਸ਼ਨ, ਅਸੀਂ ਉਹਨਾਂ ਬਾਰੇ ਗੱਲ ਨਹੀਂ ਕੀਤੀ ਨਾ ਪ੍ਰਾਈਵੇਟ। ਪ੍ਰਾਈਵੇਟ ਯੂਨੀਵਰਸਿਟੀਆਂ ਅਜੇ ਤੱਕ ਜਿੰਨੀਆਂ ਆਈਆਂ ਨੇ, ਮੈਨੂੰ ਤੁਸੀਂ ਇੱਕ ਗੱਲ ਦੱਸੋ ਕਿ ਜੋ ਤੁਸੀਂ ਪੰਜਾਬ ਸਟੇਟ ਐਜੂਕੇਸ਼ਨ ਪਾਲਿਸੀ ਦੀ ਗੱਲ ਕਰ ਰਹੇ ਹੋ, ਇਹਦੇ ਵਿੱਚ ਟੈਕਨੀਕਲ ਐਜੂਕੇਸ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਉਹਦੇ 'ਚ ਬਕਾਇਦਾ ਜਿਹੜਾ ਉਹਦੇ ਇੰਟਰੋਡਕਟਰੀ ਜਿਹੜਾ ਪਾਰਟ ਹੈ ਉਹਦੇ 'ਚ ਮੈਂਸ਼ਨ ਕਰਤਾ ਹੈ ਕਿ ਸਾਡੀ ਜੋ ਰਿਸਟ੍ਰਿਕਸ਼ਨ ਜਿਹੜੀ ਹੈ ਜਿਹੜੀ ਵਿਦ ਅਪਰੂਵਲ ਆਫ ਦਾ ਸਟੇਟ ਗਵਰਨਮੈਂਟ ਜੀ, ਕਿਉਂਕਿ ਜਿਹੜਾ ਸਾਡੇ ਕੋਲ ਕਮੇਟੀ ਬਣੀ ਸੀ ਇਹ
ਹਾਇਰ ਐਜੂਕੇਸ਼ਨ ਦਾ ਉਹ ਵਿੰਗ ਬਣਿਆ ਸੀ ਜਿਹਦਾ ਟੈਕਨੀਕਲ ਐਜੂਕੇਸ਼ਨ, ਮੈਡੀਕਲ ਐਜੂਕੇਸ਼ਨ, ਐਗਰੀਕਲਚਰ ਉਹਦੇ ਨਾਲ ਜਿਹੜਾ ਸੀ ਉਹਦਾ ਰਿਲੇਸ਼ਨ ਸੀ। ਜਿਹੜੀ ਗੱਲ ਤੁਸੀਂ ਪਹਿਲਾਂ ਕਹੀ ਸੀ ਕਿ ਇੰਪਲੀਮੈਂਟ ਹੋਏਗਾ ਕਿ ਨਹੀਂ, ਜਿਸ ਵੇਲੇ ਟੈਕਨੀਕਲ ਐਜੂਕੇਸ਼ਨ ਮਿਨਿਸਟਰ, ਮੈਡੀਕਲ ਐਜੂਕੇਸ਼ਨ ਮਿਨਿਸਟਰ, ਦੇ ਆਰ ਨਾਟ ਕੰਸਰਨਡ ਅਬਾਊਟ, ਸੈਕਟਰੀ ਤਾਂ ਅੱਗੇ ਨਹੀਂ ਹੈਗੇ ਤੇ ਅਸੀਂ ਟੈਕਨੀਕਲ ਐਜੂਕੇਸ਼ਨ ਨੂੰ ਨਜ਼ਰਅੰਦਾਜ਼ ਕਰਨ ਤੋਂ ਬਾਅਦ ਫਿਰ ਸਾਨੂੰ ਜਵਾਬ ਆਇਆ ਕਿ ਸਾਨੂੰ ਸਟੇਜ ਵਿੱਚ ਮੀਟਿੰਗ ਤੇ ਪਹਿਲਾਂ ਡਿਸਕਸ਼ਨ ਹੋ ਜਾਣੀ ਚਾਹੀਦੀ ਸੀ, ਡਾਕਟਰ ਸਿੰਘ ਨੂੰ ਇੱਕ ਸਰਟਨ ਫਰੇਮਵਰਕ ਦਿੱਤਾ ਗਿਆ ਸੀ ਐਜੂਕੇਸ਼ਨ ਨੂੰ ਕਿਵੇਂ ਇਗਨੋਰ ਕਰ ਸਕਦੇ ਹੋ, ਹਾਊ ਯੂ ਕੈਨ ਇਗਨੋਰ ਇਟ। ਮਰਿਆਦਾ ਸਾਹਿਬ ਗੱਲ ਸੁਣੋ, ਗੱਲ ਇਹ ਨਹੀਂ ਮਿਨਿਸਟਰੀ ਕੈਨ ਸਵਾਲ ਇਹ ਹੈ ਕਿ ਜਿਹੜਾ ਤੁਹਾਡੇ ਕੋਲ ਸੀਮਾ ਖੇਤਰ, ਜਿਹੜਾ ਤੁਹਾਡਾ ਸੀਮਾ ਖੇਤਰ ਨਿਸ਼ਚਿਤ ਹੋਇਆ ਸੀ ਉਹ ਸੀਮਾ ਖੇਤਰ ਚ ਰਹਿ ਕੇ ਉਸੇ ਗੱਲ ਕਰਨੀ ਸੀ। ਸਰਕਾਰ ਬਾਰੇ ਗੱਲ, ਤੁਹਾਡੇ ਬਾਰੇ ਗੱਲ ਨਹੀਂ ਕਰ ਰਿਹਾ, ਸਾਰੀ ਐਜੂਕੇਸ਼ਨ ਲੈ ਲਈ ਪਰ ਟੈਕਨੀਕਲ ਨੂੰ ਇਗਨੋਰ ਕਰ ਦਿੱਤਾ। ਸਰਕਾਰ ਨਹੀਂ ਹੈ, ਵਿਚ ਬੈਕਬੋਨ ਆਫ ਦ ਸਟੇਟ, ਮੈਂ ਪਹਿਲਾਂ ਕਿਹਾ ਸਰਕਾਰ ਨਹੀਂ ਹੈਗੀ, ਨਾ ਇਹਦੇ ਚੀਫ ਮਿਨਿਸਟਰ ਇਨਵੋਲਵ ਹੈ, ਨਾ ਕੁਝ ਹੈ ਇਹਦੇ ਚ ਐਜੂਕੇਸ਼ਨ ਮਿਨਿਸਟਰ, ਜਿਹਦੇ ਕੋਲ ਇਹ ਡਿਪਾਰਟਮੈਂਟ ਸਿਰਫ ਹੈਜ਼ ਨੇ ਉਹਦੇ ਵਿੱਚ ਜਿਹੜਾ ਉਹਦਾ, ਉਹਨੂੰ ਵੀ ਪਤਾ ਸੀ ਕਿ ਮੇਰਾ ਆਪਣਾ ਸੀਮਾ ਖੇਤਰ ਕੀ ਹੈ। ਜੇ ਅਸੀਂ ਟੈਕਨੀਕਲ ਐਜੂਕੇਸ਼ਨ, ਮੈਡੀਕਲ ਐਜੂਕੇਸ਼ਨ ਦੀ ਰਿਕਮੈਂਡੇਸ਼ਨ ਤੇ ਆਪਣਾ ਟਾਈਮ ਲਾ ਦਿੰਦੇ ਤੇ ਉਹਦਾ ਮਤਲਬ ਸੀ ਕਿ ਨਾ ਉਹ ਹੋਣਾ ਸੀ ਤਾਂ ਤੁਹਾਡੇ ਟੈਕਨੀਕਲ ਐਜੂਕੇਸ਼ਨ ਸੈਕਟਰੀ ਜਾਂ ਮੇਰੇ ਕੋਲ। ਬਿਲਕੁਲ ਸਮਾਂ ਖਤਮ ਹੋ ਗਿਆ, ਮੁੱਦੇ ਹਲੇ ਵੀ ਬਥੇਰੇ ਹੈਗੇ ਨੇ ਇਸ ਐਜੂਕੇਸ਼ਨ ਪਾਲਿਸੀ ਦੇ ਨਾਲ ਰਿਲੇਟਡ, ਜੇ ਡਿਸਕਸ ਕਰਨ ਵਾਲੇ ਰਹਿ ਗਏ ਕਿਸੇ ਹੋਰ ਟਾਈਮ ਸਮਾਂ ਕੱਢਾਂਗੇ। ਤੁਸੀਂ ਸਟੂਡੀਓ ਦੇ ਵਿੱਚ ਆਏ ਉਹਦੇ ਲਈ ਬਹੁਤ ਬਹੁਤ ਧੰਨਵਾਦ। ਇਟਸ ਟਾਈਮ ਟੂ ਟੇਕ ਅ ਸ਼ਾਰਟ ਬ੍ਰੇਕ ਹੇਅਰ ਟੂ ਸਟੇ ਵਿਦ ਅਸ।